ਫਾਜ਼ਿਲਕਾ ਸ਼ਾਸਤਰੀ ਚੌਕ ਦੇ ਵਿੱਚ ਪਾਰਕਿੰਗ ਦੇ ਅੰਦਰ ਖੜੀ ਟਾਟਾ ਹੈਕਸਾ ਗੱਡੀ ਦੀਆਂ ਨੰਬਰ ਪਲੇਟਾਂ ਹੋਈਆਂ ਚੋਰੀ। ਗੱਡੀ ਦੇ ਮਾਲਕ ਵੱਲੋਂ ਦਿੱਤੀ ਗਈ ਪੁਲਿਸ ਨੂੰ ਸੂਚਨਾ। ਫਾਜ਼ਿਲਕਾ ਦੇ ਸ਼ਾਸਤਰੀ ਚੌਕ ਦੇ ਵਿੱਚ ਪਾਰਕਿੰਗ ਦੇ ਅੰਦਰ ਖੜੀ ਇੱਕ ਟਾਟਾ ਹੈਕਸਾ ਗੱਡੀ ਦੀਆਂ ਨੰਬਰ ਪਲੇਟਾਂ ਚੋਰੀ ਹੋ ਗਈਆਂ, ਜਿਸ ਤੋਂ ਬਾਅਦ ਗੱਡੀ ਦੇ ਮਾਲਕ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਗੱਡੀ ਦੇ ਮਾਲਕ ਆਕਾਸ਼ਦੀਪ ਨੇ ਦੱਸਿਆ ਕਿ ਉਹਨਾਂ ਵੱਲੋਂ ਸਰਕਾਰੀ ਪਾਰਕਿੰਗ ਦੇ ਵਿੱਚ ਕੱਲ੍ਹ ਸਵੇਰੇ ਗੱਡੀ ਲੱਖਣੀ ਕੀਤੀ ਗਈ ਸੀ, ਜਿਸ ਤੋਂ ਬਾਅਦ ਸ਼ਾਮ ਨੂੰ ਜਦੋਂ ਗੱਡੀ ਲੈਣ ਦੇ ਲਈ ਆਏ ਤਾਂ ਗੱਡੀ ਦੀਆਂ ਦੋਨੋਂ ਨੰਬਰ ਪਲੇਟਾਂ ਚੋਰੀ ਹੋ ਚੁੱਕੀਆਂ ਸੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਨੂੰ ਇਸ ਲਈ ਸੂਚਨਾ ਦਿੱਤੀ ਗਈ ਹੈ ਤਾਂ ਕਿ ਨੰਬਰ ਪਲੇਟਾਂ ਦਾ ਕੋਈ ਮਿਸਯੂਜ਼ ਨਾ ਕਰ ਸਕੇ। ਉਹਨਾਂ ਨੇ ਕਿਹਾ ਕਿ ਪਹਿਲਾਂ ਤਾਂ ਗੱਡੀਆਂ ਵਹੀਕਲ ਚੋਰੀ ਹੁੰਦੇ ਸੀ, ਲੇਕਿਨ ਹੁਣ ਗੱਡੀਆਂ ਦੀਆਂ ਨੰਬਰ ਪਲੇਟਾਂ ਵੀ ਚੋਰੀ ਹੋਣ ਲੱਗ ਪਈਆਂ। ਉਹਨਾਂ ਨੇ ਕਿਹਾ ਕਿ ਇਹ ਕਿਸੇ ਸ਼ਰਾਰਤੀ ਤੱਤਵ ਦਾ ਕੰਮ ਹੈ, ਜਿਸ ਦੇ ਚੱਲਦਿਆਂ ਉਹਨਾਂ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਂਜੀ ਸਰ, ਕੀ ਨਾਮ ਹੈ ਤੁਹਾਡਾ? ਆਕਾਸ਼ਦੀਪ। ਆਕਾਸ਼ਦੀਪ ਜੀ, ਤੁਸੀਂ ਆ ਥਾਣੇ ਪੁੱਛੇ ਹੋ, ਕੀ ਮਾਮਲਾ ਕੀ ਹੈ ਜੀ? ਸਰ, ਮੇਰੀ ਗੱਡੀ ਦੇ ਨੰਬਰ ਪਲੇਟ ਚੋਰੀ ਹੋ ਗਈ ਹੈ, ਫਰੰਟ ਅਤੇ ਬੈਕ ਦੋਨੋਂ ਚੋਰੀ ਹੋ ਗਈਆਂ ਨੇ। ਮੋਰਨਿੰਗ ਦੀ ਗੱਡੀ ਸਰ ਪਾਰਕਿੰਗ ਖੜੀ ਕੀਤੀ ਸ਼ਾਸਤਰੀ ਚੌਂਕ, ਅਤੇ ਈਵਨਿੰਗ ਗੱਡੀ ਲੈਣ ਗਿਆ ਅਤੇ ਦੋਨੋਂ ਨੰਬਰ ਪਲੇਟ ਚੋਰੀ ਸੀ। ਗੱਡੀ ਕਿਹੜੀ ਸੀ ਆਪਣੀ ਜੀ? ਟਾਟਾ ਹੈਕਸਾ। ਕਿਹੜੀ ਜਗ੍ਹਾ 'ਤੇ ਪਾਰਕਿੰਗ ਕੀਤੀ ਸੀ ਗੱਡੀ? ਸ਼ਾਸਤਰੀ ਚੌਂਕ ਦੇ ਕੋਲ, ਸਰਕਾਰੀ ਪਾਰਕਿੰਗ। ਹੁਣ ਤੁਸੀਂ ਥਾਣੇ ਹੋ, ਕੀ ਮੰਗ ਕੀਤੀ ਸਰਕਾਰ ਤੋਂ ਤੁਸੀਂ? ਬਸ ਸਰ, ਆਪਣੀ ਕੋਈ ਮਿਸਯੂਜ਼ ਨਾ ਹੋਏ ਨੰਬਰ ਪਲੇਟਾਂ, ਉਸ ਵਾਸਤੇ ਇੱਕ ਕੰਪਲੇਂਟ ਦਰਜ ਕਰਵਾਤੀ, ਇੱਕ ਐਪਲੀਕੇਸ਼ਨ ਦਿੱਤੀ ਹੈ।